ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 4 ਅਕਤੂਬਰ ਤੋਂ ਚੱਲ ਰਿਹਾ ਸ਼ੰਭੂ ਮੋਰਚੇ ਤੇ ਕਿਸਾਨਾਂ ਮਜ਼ਦੂਰਾਂ ਦਾ ਸਾਂਝਾ ਸੰਘਰਸ਼, ਜੋ ਸੈਂਟਰ ਸਰਕਾਰ ਨੇ 3 ਕਿਸਾਨ ਵਿਰੋਧੀ, ਜੋ ਸੈਂਟਰ ਕਹਿ ਰਹੀ ਹੈ ਖੇਤੀ ਸੁਧਾਰ ਕਾਨੂੰਨ, ਉਹਨਾਂ ਦੇ ਰੋਸ ਵਜੋਂ ਪੂਰੇ ਪੰਜਾਬ ਦੇ ਵਿੱਚ ਚੱਪੇ ਚੱਪੇ 'ਤੇ ਪੰਜਾਬ ਵਾਸੀਆਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਨੇ ਜੋ ਕਿਸਾਨੀ ਨਾਲ ਸੰਬੰਧ ਰੱਖਦੀਆਂ ਨੇ ਸੈਂਟਰ ਸਰਕਾਰ ਦੇ ਵਿਰੁੱਧ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਦਬਾਅ ਪਾਉਣ ਲਈ ਕਿਸਾਨਾਂ ਨੇ ਪੰਜਾਬ ਦੇ ਚੱਪੇ ਚੱਪੇ 'ਤੇ ਜੋ ਮੋਰਚੇ ਲਾਏ ਹੋਏ ਨੇ, ਬੇਸ਼ੱਕ ਉਹ ਰੇਲਵੇ ਸਟੇਸ਼ਨਾਂ ਦੇ ਪਲੇਟਫਾਰਮਾਂ 'ਤੇ ਰੇਲਵੇ ਲਾਈਨਾਂ 'ਤੇ ਹੋਣ, ਜਾਂ ਰਿਲਾਇੰਸ ਪੰਪਾਂ 'ਤੇ ਹੋਣ, ਜਾਂ ਰਾਜਪੁਰਾ ਬਣਾਵਾਲੀ ਥਰਮਲ ਪ੍ਰਾਈਵੇਟ ਥਰਮਲ ਪਲਾਟਾਂ 'ਤੇ ਹੋਣ, ਜਾਂ ਵੱਡੇ ਕਾਰਪੋਰੇਟਿਵ ਘਰਾਣਿਆਂ ਦੇ ਮੌਲਾਂ 'ਤੇ ਹੋਣ, ਉਹਨਾਂ ਦੇ ਨਾਲ ਹੀ ਜਿਹੜਾ ਸੰਭੂ ਦਾ ਇੱਕ ਮੋਰਚਾ ਹੈ ਪੰਜਾਬ ਹਰਿਆਣੇ ਦੇ ਬਾਰਡਰ 'ਤੇ, ਉਹ ਵੀ 4 ਅਕਤੂਬਰ ਤੋਂ ਅੱਜ ਤਕਰੀਬਨ 33ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਹੈ। ਪੰਜਾਬ ਦੇ ਦਰਦ ਨੂੰ ਆਪਣੇ ਦਿਲਾਂ 'ਤੇ ਹੰਡਾਉਣ ਵਾਲੇ ਸੰਘਰਸ਼ੀ ਵੀਰ ਪੰਜਾਬ ਦੇ ਕੋਨੇ ਤੋਂ ਅੰਮ੍ਰਿਤਸਰ, ਫਿਰੋਜ਼ਪੁਰ, ਜੇ ਮੈਂ ਗੱਲ ਕਰਾਂ ਸਾਰੇ ਜ਼ਿਲ੍ਹਿਆਂ ਤੋਂ ਜੋ ਦੂਰ ਵਾਲੇ ਨੇ, ਰੋਜ਼ ਦੀ ਰੋਜ਼ ਤਕਰੀਬਨ 100 ਤੋਂ ਲੈ ਕੇ 400 ਤੱਕ ਗਿਣਤੀ ਦੇ ਵਿੱਚ ਇੱਥੇ ਪਹੁੰਚਦੇ ਨੇ, ਜੋ ਪੰਜਾਬ ਦਾ ਦਰਦ ਸਮਝਦੇ ਨੇ, ਜੋ ਕੇਂਦਰ ਸਰਕਾਰ ਨੇ ਸਾਡੇ ਕਿਸਾਨਾਂ ਦੇ ਹੱਕਾਂ ਉੱਤੇ ਜਾਂ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ, ਉਸ ਦਰਦ ਨੂੰ ਲੈ ਕੇ ਅੱਜ ਪੂਰਾ ਪੰਜਾਬ ਰੋਸ ਦੇ ਵਿੱਚ ਹੈ। ਅਤੇ ਇਸ ਨੂੰ ਹੱਲ ਕਰਾਉਣ ਲਈ ਪੱਕੇ ਤੌਰ 'ਤੇ ਤਾਂ ਅਸੀਂ ਆਪਣੇ ਫੈਸਲੇ ਆਪ ਕਰ ਸਕੀਏ ਨੂੰ ਲੈ ਕੇ ਪੰਜਾਬ ਦਾ ਅੱਜ 80% ਜੋ ਲੋਕ ਹੈ, ਜਿਨ੍ਹਾਂ 'ਚ ਵੱਡੀ ਗਿਣਤੀ ਦੇ ਵਿੱਚ ਔਰਤਾਂ ਵੀ ਸ਼ਾਮਿਲ ਹੋ ਰਹੀਆਂ, ਜੋ ਛੋਟੀਆਂ ਛੋਟੀਆਂ ਬੱਚੀਆਂ ਬਹੁਤ ਤਿੱਖੜੇ ਬੋਲਾਂ ਦੇ ਨਾਲ ਕੇਂਦਰ ਸਰਕਾਰ ਨੂੰ ਨਕਾਰਦੀਆਂ ਨੇ, ਗੇ ਅਸੀਂ ਰੋਜ਼ਾਨਾ ਸੁਣਦੇ ਹਾਂ।